ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਲਪ੍ਰੀਤ ਸਿੰਘ, ਡਾਇਰੈਕਟਰ IIT ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਿਡ। ਸਾਡੇ ਬਹੁਤ ਕਲੋਜ਼ ਫਰੈਂਡ ਹੈ ਮਿਸਟਰ ਜਸਪ੍ਰੀਤ ਸਿੰਘ ਐਂਡ ਇਹਨਾਂ ਦੇ ਫਰੈਂਡ ਆਏ ਹੋਏ ਨਾਲ ਸਰਨਜੀਤ ਸਿੰਘ ਜੀ। ਅੱਜ ਇਹਨਾਂ ਦੇ ਬੇਟੇ ਦਾ ਵੀਜ਼ਾ ਆਇਆ ਹੈ, ਮਿਸਟਰ ਸੁਖਮਨਪ੍ਰੀਤ ਜੋਹਲ, ਔਰ ਕੰਬੋਡੀਆ ਯੂਨੀਵਰਸਿਟੀ ਆਫ ਐਡਮਿੰਟਨ ਦਾ ਵੀਜ਼ਾ ਆਇਆ, ਬੈਚਲਰ ਇਨ ਇਨਵਾਇਰਮੈਂਟਲ ਸਾਇੰਸ, 3 ਈਅਰ ਦੀ ਬੈਚਲਰ ਪ੍ਰੋਗਰਾਮ ਹੈ। ਔਰ ਬਹੁਤ ਲੱਕੀ ਇਹ ਸਟੂਡੈਂਟ ਜਿਹਦਾ ਵੀਜ਼ਾ ਆਇਆ, ਕਿਉਂਕਿ ਬਹੁਤ ਕੰਡੀਸ਼ਨਸ ਇਹਦੇ ਅਗੇਂਸਟ ਸੀਗੀਆਂ, ਇਹਦੇ ਕੇਸ ਕਾਫੀ ਟਫ ਸੀਗਾ ਲਗਾਉਣਾ। ਸੋ ਐਟ ਲਾਸਟ ਕੀ ਸਾਡੀ ਜਿੱਤ ਹੋਈ ਔਰ ਅਜੇ ਵੀਜ਼ਾ ਸਾਡੇ ਹੱਥ ਦੇ ਵਿੱਚ, ਔਰ ਇਹਨਾਂ ਦੀ ਫੈਮਿਲੀ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਊਂਗਾ ਜੀ ਕਿ ਤੁਹਾਡੇ ਬੇਟੇ ਦਾ ਵੀਜ਼ਾ ਆਇਆ। ਸੋ ਵਿਵਰਸ, ਅਸੀਂ ਜਾਣਨਾ ਚਾਹਾਂਗੇ ਮਿਸਟਰ ਜਸਪ੍ਰੀਤ ਸਿੰਘ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਸਾਡੀ ਕੰਪਨੀ ਦੇ ਨਾਲ ਤੁਹਾਡਾ? ਬਹੁਤ ਵਧੀਆ ਜੀ। ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ? ਕੋਈ ਪ੍ਰੋਬਲਮ ਨਹੀਂ, ਬਹੁਤ ਜ਼ਿਆਦਾ ਵਧੀਆ ਲੱਗਾ ਜੀ। ਕੋਈ ਤਰ੍ਹਾਂ ਦਾ ਸਾਡੇ ਵੱਲੋਂ ਕੋਈ ਡਿਲੇ ਚੱਲਿਆ ਹੋਵੇ ਕੇਸ ਦੇ ਵਿੱਚ? ਬਿਲਕੁਲ ਜੀ। ਸੋ ਸੁਖਮਨ ਜੀ, ਤੁਸੀਂ ਦੱਸੋ ਸਾਡੇ ਵਿਊਵਰਸ ਨੂੰ ਕੁਝ ਕਹਿਣਾ ਚਾਹੋਗੇ? Hello friends, my name is Sukhmanpreet Singh. Today I got my Canada visa with IIT Immigration Services Private Limited. A special thanks to Balpreet sir and Kavita ma'am, because my profile was very weak and there were many weak points, but still they cracked all strong points and got my visa. So I recommend all my friends, if you have any query about Canada visa and want to apply, please give your preference to IIT Immigration Services and contact with Mr. Balpreet. Thank you. ਥੈਂਕ ਯੂ ਸੁਖਮਨ, ਰੀਅਲੀ ਨਾਈਸ ਆਫ ਯੂ। ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਬੱਚੇ ਦੀਆਂ ਵੀਜ਼ੇ ਦੀਆਂ। ਸੋ ਵਿਊਵਰਸ, ਅਗਰ ਅੱਛਾ ਕੋਰਸ, ਅੱਛਾ ਕਾਲਜ ਔਰ ਅੱਛੀ ਸਿਲੈਕਸ਼ਨ ਹੋਏ ਤੁਹਾਡੇ ਕੋਲ, ਵੀਜ਼ਾ ਗਾਈਡੈਂਸ ਅੱਛੀ ਹੈ, ਤਾਂ 101% ਤੁਹਾਡਾ ਵੀਜ਼ਾ ਆਏਗਾ। ਤੁਹਾਨੂੰ ਵੀਜ਼ਾ ਲੈਣ ਤੋਂ ਕੋਈ ਰੋਕ ਨਹੀਂ ਸਕਦਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਨੀਚੇ ਲਿਖੇ ਹੋਏ ਨੰਬਰਾਂ 'ਤੇ ਤੁਸੀਂ ਸਾਨੂੰ ਕੋਂਟੈਕਟ ਕਰ ਸਕਦੇ ਹੋ, ਵਟਸਐਪ 'ਤੇ ਕੋਂਟੈਕਟ ਕਰ ਸਕਦੇ ਹੋ, ਯੂਟਿਊਬ 'ਤੇ ਸਾਡੇ ਲਿੰਕ ਨੂੰ ਸ਼ੇਅਰ ਕਰ ਸਕਦੇ ਹੋ। ਸੋ ਐਟ ਲਾਸਟ ਬਹੁਤ ਜੀ ਮੁਬਾਰਕਾਂ ਜੀ, ਥੈਂਕਸ ਲੋਟ ਵਿਊਅਰਸ, ਥੈਂਕ ਯੂ ਜੀ। ਥੈਂਕ ਯੂ।